ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਇਸ ਸਮੇਂ ਬ੍ਰਧ ਪੋਤੀ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਸ ਦੌੜ ਦੀ ਜ਼ਿੰਦਗੀ ਵਿੱਚ ਕਈ ਵਾਰ ਸਾਨੂੰ ਪਾਠ ਕਰਨ ਦਾ ਸਮਾਂ ਨਹੀਂ ਮਿਲਦਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਜੇ ਅਸੀਂ ਗੁਰਬਾਣੀ ਨੂੰ ਧਿਆਨ ਨਾਲ ਪੜੀਏ ਅਤੇ ਸੁਣੀਏ ਅਤੇ ਵਿਚਾਰੀਏ ਤਾਂ ਸਾਨੂੰ ਸਾਰੇ ਹੀ ਜਵਾਬ ਗੁਰਬਾਣੀ ਵਿੱਚੋਂ ਮਿਲਦੇ ਹਨ ਚਉਪਾਈ ਸਾਹਿਬ ਵਿੱਚ ਕੁਝ ਪੰਕਤੀਆਂ ਦਰਜ ਹਨ ਜੋ ਇਸ ਪ੍ਰਕਾਰ ਹਨ ਅਬ ਰੱਛਾ ਮੇਰੀ ਤੁਮ ਕਰੋ ਸਿੱਖਿਓ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣਕਾਤਾ ਇਸ ਅਰਥ ਕੁਝ ਇਸ ਪ੍ਰਕਾਰ ਹਨ ਸਹੀ ਫਰਮਾਉਂਦੇ ਹਨ ਅਵ ਰਖਾ ਮੇਦੀ ਤੁਮ ਕਰੋ ਹੁਣ ਤੁਸੀਂ ਮੇਰੀ ਰੱਖਿਆ ਕਰੋ ਹੁਣ ਤੁਸੀਂ ਮੇਰੀ ਰਾਖੀ ਕਰੋ ਸਿੱਖਿ ਉਬਾਰ ਅਸਿੱਖਿ ਸੰਗਰੋ ਯਾਨੀ ਕਿ ਸਿੱਖਿਆ ਨੂੰ ਉਬਾਰੋ ਆਪਦੇ ਬੱਚਿਆਂ ਨੂੰ ਉਬਾਰ ਲਓ ਅਤੇ ਜਿਹੜੇ ਅਸਿੱਖੇ ਹਨ ਉਹਨਾਂ ਦਾ ਨਾਸ਼ ਕਰੋ दुष्ट जिते उठवत उत्पाता जेड़े दुष्ट बहुत उपद्रव मचा रहे हन बहुत उत्पात मचा रहे हन सकल मलेच करो रणकाता ਉਨਾ ਸਾਰਿਆਂ ਹੀ ਮਲੇਛਾਂ ਦਾ ਰਣ ਵਿੱਚ ਜਾ ਕੇ ਮਹਾਰਾਜ ਜੀ ਉਹ ਨਾਸ਼ ਕਰੋ ਸੋ ਇਸ ਪ੍ਰਕਾਰ ਕਿਤੇ ਪਟਕਣ ਦੀ ਲੋੜ ਨਹੀਂ ਕਿਤੇ ਧਾਗੇ ਤਵੀਤ ਕਰਨ ਦੀ ਲੋੜ ਨਹੀਂ ਗੁਰਬਾਣੀ ਵਿੱਚ ਸਾਨੂੰ ਸਾਰੇ ਹੀ ਜਵਾਬ ਮਿਲਦੇ ਹਨ ਸਾਡਾ ਮਕਸਦ ਤੁਹਾਨੂੰ ਕਿਸੇ ਵਹਿਮ ਭਰਮ ਵਿੱਚ ਤਾਂ ਨਹੀਂ ਪਾਣਾ ਹੈ ਗੁਰਬਾਣੀ ਨਾਲ ਹੀ ਜੋੜਨਾ ਹੈ ਜਪਜੀ ਕੋਲ ਸਮਾਂ ਹੈ ਤਾਂ ਆਪ ਜੀ ਸੰਪੂਰਨ ਚਉਪਾਈ ਸਾਹਿਬ ਦਾ ਪਾਠ ਜ਼ਰੂਰ ਕਰੋ ਜੇ ਸਮਾਂ ਘੱਟ ਹੈ ਤਾਂ ਆਪ ਜੀ ਅਮਰ ਜੀਲੇ ਇਸ ਪੌੜੀ ਦਾ ਜਪ 108 ਵਾਰੀ ਕੁਝ ਇਸ ਪ੍ਰਕਾਰ ਕਰ ਸਕਦੇ ਹੋ ਧੰ ਗੁਰੂ ਗੋਬਿੰਦ ਸਿੰਘ ਜੀਓ ਅਬ ਰੱਖਾ ਮੇਰੀ ਤੁਮ ਕਰੋ ਸਿੱਖੇ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸકલ ਮਲੇਚ ਕਰੋਰਣ ਕਾਤਾ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੋ ਇਸ ਤਰ੍ਹਾਂ ਪਿਛੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਸੰਬਟ ਵਿਲਾਵ 40 ਦਿਨ ਅਮਰਤ ਵੇਲੇ ਆਪ ਜੀ ਦਾ ਜਪ ਕਰ ਸਕਦੇ ਹੋ ਪਹਿਲੇ ਦਿਨ ਆਪ ਜੀ ਦੇ ਇੱਕ ਪ੍ਰਸ਼ਾਦ ਕਰ ਸਕਦੇ ਹੋ ਫਿਰ ਆਪ 40ਵੇਂ ਦਿਨ ਵੀ ਦੇ ਇੱਕ ਪ੍ਰਸ਼ਾਦ ਕਰ ਸਕਦੇ ਹੋ ਕਿੰਤੂ ਪ੍ਰੰਤੂ ਵਾਲੇ ਤਰਕਵਾਦੀ ਵਾਲੇ ਕਈ ਵਾਰ ਜਿਹੜਾ ਲਹਾ ਹੈ ਉਹ ਨਹੀਂ ਲੈ ਸਕਦੇ ਸ਼ਰਧਾ ਵਾਲੇ ਤਾਂ ਪੂਰਾ ਲਹਾ ਲੈ ਲੈਂਦੇ ਹਨ ਸੋ ਇਸ ਪ੍ਰਕਾਰ ਮਹਾਰਾਜ ਨੇ ਜਿਨ੍ਹਾਂ ਤੋਂ ਪਾਠ ਕਰਾਉਣੇ ਹਨ ਉਹਨਾਂ ਤੋਂ ਪਾਠ ਕਰਵਾ ਹੀ ਲੈਣੇ ਹਨ ਆਪ ਜੀ ਨੂੰ ਇਹ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਕਿਰਪਾ ਕਰਕੇ ਸ਼ੇਅਰ ਜਰੂਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਅਤੇ ਬੈਲ ਆਈਕਨ ਵੀ ਜਰੂਰ ਦਬਾਓ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੋਲ ਚੋਕਾ ਮਾਫ ਕਰਨੀ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ